26 ਜਨਵਰੀ ਦਾ ਦਿਹਾੜਾ ਆ ਰਿਹਾ ਜਿਹੜਾ ਸਾਰੇ ਹਿੰਦੁਸਤਾਨ 'ਚ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ। ਇਹ ਇਸ ਕਰਕੇ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਲਈ BSF ਅਤੇ ਪੰਜਾਬ ਪੁਲਿਸ ਵੱਲੋਂ ਇਹ ਸਾਂਝਾ ਆਪਰੇਸ਼ਨ ਕੀਤਾ ਜਾ ਰਿਹਾ ਬਾਰਡਰ ਦੇ ਉੱਪਰ, ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ, ਲੋਕਾਂ ਵਿੱਚ ਸੁਰੱਖਿਆ ਦਾ ਵਿਸ਼ਵਾਸ ਪੈਦਾ ਹੋਜੂਗਾ ਇਹਦੇ ਨਾਲ। ਅਤੇ ਇਸੇ ਕਰਕੇ ਅਸੀਂ BSF ਅਤੇ ਪੰਜਾਬ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਬਾਰਡਰ ਦੇ ਉੱਪਰ ਚਲਾਇਆ ਜਾ ਰਿਹਾ। ਸਾਡਾ ਗਵਾਂਢੀ ਮੁਲਕ ਹੈ ਜਿਹੜਾ, ਉਹ ਸਾਜ਼ਿਸ਼ਾਂ ਰਚ ਰਹਿੰਦਾ ਸਾਡੇ ਮੁਲਕ ਦੇ ਖਿਲਾਫ, ਉਸ ਨੂੰ ਰੋਕਣ ਲਈ ਅਸੀਂ ਜਿਹੜੇ ਕੁਛ ਬੰਦੇ ਜਿਹੜੇ ਇੱਧਰ ਸਾਡੇ ਵਾਲੇ ਪਾਸੇ ਜਿਹੜੇ ਉਹਨਾਂ ਨਾਲ ਰਲੇ ਹੋਏ ਨੇ, ਉਹਨਾਂ ਨੂੰ ਇਹ ਵਾਰਨਿੰਗ ਦਿੰਦੇ ਹਾਂ ਅਸੀਂ, ਉਹਨਾਂ ਖਿਲਾਫ਼ ਇਹ ਸਖ਼ਤ ਐਕਸ਼ਨ ਕੀਤਾ ਜਾਊਗਾ। ਇੱਧਰੋਂ BSF ਅਲੱਗ ਕਰੇਗੀ ਆਪਣਾ, ਅਸੀਂ ਆਪਣਾ ਅਲੱਗ ਕਰ ਲਈ। ਸਾਡੇ 26 ਜਨਵਰੀ ਦਾ ਪ੍ਰੋਗਰਾਮ ਮਨਾਉਣ ਲਈ ਪੀਸਫੁਲ ਪ੍ਰੋਗਰਾਮ ਮਨਾਉਣ ਵਾਸਤੇ ਸਾਡੇ ਪੰਜਾਬ ਪੁਲਿਸ ਵੱਲੋਂ ਅਤੇ BSF ਵੱਲੋਂ ਜੁਆਇੰਟ, ਜੋ ਫਾਜ਼ਿਲਕਾ ਜ਼ਿਲ੍ਹੇ ਦੀ ਕਾਫ਼ੀ ਹੱਦ ਇੰਟਰਨੈਸ਼ਨਲ ਪਾਕਿਸਤਾਨ ਬਾਰਡਰ ਨਾਲ ਨਾਲ ਲੱਗਦੀ ਹੈਗੀ, ਬਾਰਡਰ ਦੇ ਪਿੰਡਾਂ 'ਚ ਨਿਗਰਾਨੀ ਰੱਖਣ ਲਈ, ਮਾਹੌਲ ਸ਼ਾਂਤੀਪੂਰਵਕ ਰੱਖਣ ਲਈ ਅਤੇ BSF ਨਾਲ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਫਲੈਗ ਮਾਰਚ ਕੱਢਿਆ ਰਿਹਾ, ਜੋ ਪੀਸਫੁਲ ਰੱਖਿਆ ਜਾਵੇ, ਆਮ ਪਿੰਡਾਂ 'ਚ ਬਾਰਡਰ ਦੇ ਪਿੰਡਾਂ 'ਚ ਨਿਗਰਾਨੀ ਰੱਖੀ ਜਾਵੇ, ਕੋਈ ਵੀ ਪਾਕਿਸਤਾਨ ਦੀ ਸਾਈਡ ਵੱਲੋਂ ਗੈਰ ਕਾਨੂੰਨੀ ਗਤੀਵਿਧੀ ਨਾ ਹੋਵੇ, ਜੇ ਕੋਈ ਹੋਈ ਤਾਂ ਪਬਲਿਕ ਨੂੰ ਸਖ਼ਤ ਦੱਸੇ ਦੇਣ, ਸਖ਼ਤ ਖਰਾਬ ਕਾਰਵਾਈ ਕੀਤੀ ਜਾਏ। ਸਾਡੇ ਮਤਲਬ ਵੀ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡ ਬਿਲਕੁਲ ਤਾਰ ਦੇ ਨਾਲ ਸੈਕਿੰਡ ਨੈਸ਼ਨਲ ਦੇ ਨਾਲ ਲੱਗਦੇ ਨੇ, ਉਹਨਾਂ ਪਿੰਡਾਂ 'ਚ ਨਿਗਰਾਨੀ ਰੱਖਣ ਵਾਸਤੇ ਅਤੇ ਉਹਨਾਂ ਨੂੰ ਮੈਸੇਜ ਦੇਣ ਵਾਸਤੇ ਵੀ ਕਿਸੇ ਵੀ ਤਰ੍ਹਾਂ ਦੀ ਜੋ ਪਾਕਿਸਤਾਨ 'ਚ ਮੂਵਮੈਂਟ ਹੁੰਦੀ ਜੀ, ਉਹਨੂੰ ਪੰਜਾਬ ਪੁਲਿਸ BSF ਨੂੰ ਜਾਣਕਾਰੀ ਦਿੱਤੀ ਜਾਵੇ, ਅਤੇ ਉਹਦੇ ਵਿੱਚ ਕੋਈ ਵੀ ਹਲਚਲ ਹੁੰਦੀ ਉਹਦੇ 'ਚ ਸਾਨੂੰ ਜਾਣਕਾਰੀ ਦਿੱਤੀ ਜਾਵੇ, ਲੋਕਲ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ, BSF ਨੂੰ ਦਿੱਤੀ ਜਾਵੇ। ਜੇ ਕਿਸੇ ਵਿਅਕਤੀ ਨੇ ਮਤਲਬ ਵੀ ਪਾਕਿਸਤਾਨ ਦੀਆਂ ਚਾਲਾਂ ਵਿੱਚ ਆ ਕੇ ਕੋਈ ਗੈਰ ਕਾਨੂੰਨੀ ਕਦੀ ਕੀਤੀ ਜਾਂ ਉਹਦੇ ਵਿੱਚ ਸ਼ਮੂਲੀਅਤ ਪਾਏਗੀ, ਉਹਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਅੱਜ ਜਿਹੜਾ BSF ਨਾਲ ਸਾਂਝਾ ਫਲੈਗ ਮਾਰਚ ਕੱਢਿਆ ਜਾ ਰਿਹਾ, ਜਿਹੜੇ ਬਾਰਡਰ ਦੇ ਪਿੰਡਾਂ ਉਹਨਾਂ 'ਚ ਫਲੈਗ ਮਾਰਚ ਕੱਢਿਆ ਜਾ ਰਿਹਾ, ਉਹਨਾਂ ਨੂੰ ਮੈਸੇਜ ਦੇਣ ਲਈ ਵੀ ਪੰਜਾਬ ਪੁਲਿਸ ਅਤੇ BSF ਤਤਪਰ 24 ਘੰਟੇ ਹਾਜ਼ਰ ਆ ਗਈ। 26 ਜਨਵਰੀ ਦਾ ਦਿਹਾੜਾ ਆ ਰਿਹਾ ਜਿਹੜਾ ਸਾਰੇ ਹਿੰਦੁਸਤਾਨ 'ਚ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ। ਇਹ ਇਸ ਕਰਕੇ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਲਈ BSF ਅਤੇ ਪੰਜਾਬ ਪੁਲਿਸ ਵੱਲੋਂ ਇਹ ਸਾਂਝਾ ਆਪਰੇਸ਼ਨ ਕੀਤਾ ਜਾ ਰਿਹਾ ਬਾਰਡਰ ਦੇ ਉੱਪਰ, ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ, ਲੋਕਾਂ ਵਿੱਚ ਸੁਰੱਖਿਆ ਦਾ ਵਿਸ਼ਵਾਸ ਪੈਦਾ ਹੋਜੂਗਾ ਇਹਦੇ ਨਾਲ। ਅਤੇ ਇਸੇ ਕਰਕੇ ਅਸੀਂ BSF ਅਤੇ ਪੰਜਾਬ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਬਾਰਡਰ ਦੇ ਉੱਪਰ ਚਲਾਇਆ ਜਾ ਰਿਹਾ। ਸਾਡਾ ਗਵਾਂਢੀ ਮੁਲਕ ਹੈ ਜਿਹੜਾ, ਉਹ ਸਾਜ਼ਿਸ਼ਾਂ ਰਚ ਰਹਿੰਦਾ ਸਾਡੇ ਮੁਲਕ ਦੇ ਖਿਲਾਫ਼, ਉਸ ਨੂੰ ਰੋਕਣ ਲਈ ਅਸੀਂ ਜਿਹੜੇ ਕੁਛ ਬੰਦੇ ਜਿਹੜੇ ਇੱਧਰ ਸਾਡੇ ਵਾਲੇ ਪਾਸੇ ਜਿਹੜੇ ਉਹਨਾਂ ਨਾਲ ਰਲੇ ਹੋਏ ਨੇ, ਉਹਨਾਂ ਨੂੰ ਇਹ ਵਾਰਨਿੰਗ ਦਿੰਦੇ ਹਾਂ ਅਸੀਂ, ਉਹਨਾਂ ਖਿਲਾਫ਼ ਇਹ ਸਖ਼ਤ ਐਕਸ਼ਨ ਕੀਤਾ ਜਾਊਗਾ। ਇੱਧਰੋਂ BSF ਅਲੱਗ ਕਰੇਗੀ ਆਪਣਾ, ਅਸੀਂ ਆਪਣਾ ਅਲੱਗ ਕਰ ਲਈ। ਸਾਡੇ 26 ਜਨਵਰੀ ਦਾ ਪ੍ਰੋਗਰਾਮ ਮਨਾਉਣ ਲਈ ਪੀਸਫੁਲ ਪ੍ਰੋਗਰਾਮ ਮਨਾਉਣ ਵਾਸਤੇ ਸਾਡੇ ਪੰਜਾਬ ਪੁਲਿਸ ਵੱਲੋਂ ਅਤੇ BSF ਵੱਲੋਂ ਜੁਆਇੰਟ, ਜੋ ਫਾਜ਼ਿਲਕਾ ਜ਼ਿਲ੍ਹੇ ਦੀ ਕਾਫ਼ੀ ਹੱਦ ਇੰਟਰਨੈਸ਼ਨਲ ਪਾਕਿਸਤਾਨ ਬਾਰਡਰ ਦੇ ਨਾਲ ਲੱਗਦੀ ਹੈਗੀ, ਬਾਰਡਰ ਦੇ ਪਿੰਡਾਂ 'ਚ ਨਿਗਰਾਨੀ ਰੱਖਣ ਲਈ, ਮਾਹੌਲ ਸ਼ਾਂਤੀਪੂਰਵਕ ਰੱਖਣ ਲਈ ਅਤੇ BSF ਨਾਲ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਫਲੈਗ ਮਾਰਚ ਕੱਢਿਆ ਰਿਹਾ, ਜੋ ਪੀਸਫੁਲ ਰੱਖਿਆ ਜਾਵੇ, ਆਮ ਪਿੰਡਾਂ 'ਚ ਬਾਰਡਰ ਦੇ ਪਿੰਡਾਂ 'ਚ ਨਿਗਰਾਨੀ ਰੱਖੀ ਜਾਵੇ, ਕੋਈ ਵੀ ਪਾਕਿਸਤਾਨ ਦੀ ਸਾਈਡ ਵੱਲੋਂ ਗੈਰ ਕਾਨੂੰਨੀ ਗਤੀਵਿਧੀ ਨਾ ਹੋਵੇ, ਜੇ ਕੋਈ ਹੋਈ ਤਾਂ ਪਬਲਿਕ ਨੂੰ ਸਖ਼ਤ ਦੱਸੇ ਦੇਣ, ਸਖ਼ਤ ਖਰਾਬ ਕਾਰਵਾਈ ਕੀਤੀ ਜਾਏ। ਸਾਡੇ ਮਤਲਬ ਵੀ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡ ਬਿਲਕੁਲ ਤਾਰ ਦੇ ਨਾਲ ਸੈਕਿੰਡ ਨੈਸ਼ਨਲ ਦੇ ਨਾਲ ਲੱਗਦੇ ਨੇ, ਉਹਨਾਂ ਪਿੰਡਾਂ 'ਚ ਨਿਗਰਾਨੀ ਰੱਖਣ ਵਾਸਤੇ ਅਤੇ ਉਹਨਾਂ ਨੂੰ ਮੈਸੇਜ ਦੇਣ ਵਾਸਤੇ ਵੀ ਕਿਸੇ ਵੀ ਤਰ੍ਹਾਂ ਦੀ ਜੋ ਪਾਕਿਸਤਾਨ 'ਚ ਮੂਵਮੈਂਟ ਹੁੰਦੀ ਜੀ, ਉਹਨੂੰ ਪੰਜਾਬ ਪੁਲਿਸ BSF ਨੂੰ ਜਾਣਕਾਰੀ ਦਿੱਤੀ ਜਾਵੇ, ਅਤੇ ਉਹਦੇ ਵਿੱਚ ਕੋਈ ਵੀ ਹਲਚਲ ਹੁੰਦੀ ਉਹਦੇ 'ਚ ਸਾਨੂੰ ਜਾਣਕਾਰੀ ਦਿੱਤੀ ਜਾਵੇ, ਲੋਕਲ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ, BSF ਨੂੰ ਦਿੱਤੀ ਜਾਵੇ। ਜੇ ਕਿਸੇ ਵਿਅਕਤੀ ਨੇ ਮਤਲਬ ਵੀ ਪਾਕਿਸਤਾਨ ਦੀਆਂ ਚਾਲਾਂ ਵਿੱਚ ਆ ਕੇ ਕੋਈ ਗੈਰ ਕਾਨੂੰਨੀ ਕਦੀ ਕੀਤੀ ਜਾਂ ਉਹਦੇ ਵਿੱਚ ਸ਼ਮੂਲੀਅਤ ਪਾਏਗੀ, ਉਹਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਅੱਜ ਜਿਹੜਾ BSF ਨਾਲ ਸਾਂਝਾ ਫਲੈਗ ਮਾਰਚ ਕੱਢਿਆ ਜਾ ਰਿਹਾ, ਜਿਹੜੇ ਬਾਰਡਰ ਦੇ ਪਿੰਡਾਂ ਉਹਨਾਂ 'ਚ ਫਲੈਗ ਮਾਰਚ ਕੱਢਿਆ ਜਾ ਰਿਹਾ, ਉਹਨਾਂ ਨੂੰ ਮੈਸੇਜ ਦੇਣ ਲਈ ਵੀ ਪੰਜਾਬ ਪੁਲਿਸ ਅਤੇ BSF ਤਤਪਰ 24 ਘੰਟੇ ਹਾਜ਼ਰ ਆ ਗਈ।